नेक्स्ट क्वेश्चन जी, श्रीमती गनीम कौर मजीठिया जी। स्पीकर साहब 505। सरदार हरभजन सिंह, मानयोग लोक निर्माण मंत्री पंजाब, जवाब देंगे। जी हाँ स्पीकर साहब, अमृतसर मजीठा फतेहगढ़ चूड़िया सड़क की हालत खराब है। इस सड़क की रिपेयर की तजवीज़ सेंट्रल रोड इंफ्रास्ट्रक्चर फंड स्कीम अधीन साल 2022-23 की गई है। इस स्कीम की प्रवानगी बजट अलाटमेंट भारत सरकार तो होने उपरंत यह काम करवाया जाएगा। जी श्रीमती गरीब जी। स्पीकर साहब, मैं माननीय मंत्री साहब वालों उन्होंने आप ये मनिया है कि रोड की हालत बहुत खस्ता है, तो मैं मंत्री साहब के ध्यान में लियाना चाहती हाँ कि ये सड़क एक मेजर डिस्ट्रिक्ट रोड है, तो इसकी रिपेयर 2013-14 हुई सी जिहड़ी स्टेट फंडा नाल हुई सी, तो इहदी रिपेयर हर 5 साल बाद होनी चाहिदी सीगी, तो जिहड़ी 2018-19 होनी सी, तो अज तक इहदी रिपेयर नहीं हुई है। 10 साल हो चुके ने, इहदी रिपेयर ओवर ड्यू है, तो इहदी रिपेयर हुण पहले तो इहदी रिपेयर जब स्टेट फंडा नाल हुई सी, फिर इनू 22-23 दौरान CRIF राही प्रपोजल भेजन की लोड़ ही नहीं सी, ते हुन भी इस सड़क की रिपेयर स्टेट फंडा नाल ही होनी चाहिए है, ते मेरी रिक्वेस्ट है कि स्टेट फंडा राही पहल के आधार पर इस रोड की रिपेयर की जाए। ਕੀ ਤੁਸੀਂ ਸਟੇਟ ਫੰਡ ਰਾਹੀਂ ਇਸ ਰੋਡ ਦੀ ਰਿਪੇਅਰ ਕਰੋਗੇ ਮੰਤਰੀ ਜੀ? ਮਾਨਯੋਗ ਸਪੀਕਰ ਸਾਹਿਬ, ਇਹ ਗੱਲ ਠੀਕ ਹੈ ਕਿ ਇਹ MDR ਰੋਡ ਨੰਬਰ 64 ਹੈ। ਐਕਚੁਅਲੀ ਇਸ ਸੜਕ ਦੇ 4 ਹਿੱਸੇ ਹਨ। ਜੇ ਪਹਿਲਾ ਹਿੱਸਾ ਦੇਖੀਏ ਤਾਂ 6.80 ਇਹ ਠੀਕ ਹੈ। 6 ਤੋਂ 17 ਤੱਕ ਅਸੀਂ ਸਟੇਟ ਫੰਡਾਂ ਦੇ ਨਾਲ ਹੀ ਇਹਦੀ ਸਰ ਰਿਪੇਅਰ ਕਰਵਾ ਰਹੇ ਹਾਂ, ਔਰ ਉਹਦੇ ਵਾਸਤੇ ਅਸੀਂ ਲੋੜੀਂਦੇ ਫੰਡ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ, ਟੈਂਡਰ ਵੀ ਲੱਗ ਗਿਆ ਹੈ, ਇਹ ਕੰਮ ਜਲਦੀ ਸ਼ੁਰੂ ਹੋ ਜਾਏਗਾ। 17 ਤੋਂ ਲੈ ਕੇ ਅਤੇ 31 ਤੱਕ ਇਹ ਜਿਹੜੀ ਰੋਡ ਆ ਇਹ ਸਰ ਜ਼ਿਆਦਾ ਖਰਾਬ ਆ, ਔਰ ਇਹਦੇ ਵਾਸਤੇ ਅਸੀਂ CRIF ਦੇ ਵਿੱਚ ਲਿਖਿਆ ਹੋਇਆ, ਅਸੀਂ December 2022 ਦੇ ਵਿੱਚ ਇਹ ਤਜਵੀਜ਼ ਭਾਰਤ ਸਰਕਾਰ ਨੂੰ ਭੇਜ ਦਿੱਤੀ ਸੀਗੀ। 13,10,00,000 ਰੁਪਏ ਦਾ ਤਖਮੀਨਾ ਤਿਆਰ ਕਰਕੇ ਸਾਨੂੰ ਪੂਰਨ ਆਸ ਆ ਕਿ ਇਹਦੀ ਮਨਜ਼ੂਰੀ ਜਿਹੜੀ ਆ ਉਹ 31/3/2023 ਤੱਕ ਮਿਲ ਜਾਏਗੀ। ਉਦੋਂ ਜਦੋਂ ਵੀ ਇਹਦੀ ਮਨਜ਼ੂਰੀ ਮਿਲਦੀ ਆ ਉਸ ਤੋਂ ਇੱਕ ਸਾਲ ਦੇ ਵਿੱਚ ਇਹ ਸੜਕ ਕੰਪਲੀਟ ਕਰ ਦਿੱਤੀ ਜਾਵੇਗੀ। ਥੈਂਕ ਯੂ ਗਨੀਵ ਜੀ। ਸਪੀਕਰ ਸਾਹਿਬ, ਮੈਂ ਮਾਨਯੋਗ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹਾਂਗੀ ਕਿ ਇਹ ਰੋਡ ਜਿਹੜੀ ਹੈਗੀ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਇਆ ਫਤਿਹਗੜ੍ਹ ਚੂੜੀਆਂ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਨੂੰ ਜੋੜਦੀ ਹੈ, ਅਤੇ ਬਹੁਤ ਸਾਰੇ ਸ਼ਰਧਾਲੂਆਂ ਦਾ ਇਸ ਰੋਡ 'ਤੇ ਉਹਨਾਂ ਦੀ ਆਵਾਜਾਈ ਹੈ, ਅਤੇ ਦੇ ਆਰ ਬੇਸਿਕਲੀ 2 ਮੇਜਰ ਰਿਲੀਜੀਅਸ ਡੈਸਟੀਨੇਸ਼ਨਸ, ਅਤੇ ਇਸ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ, ਅਤੇ ਬਹੁਤ ਸਾਰੇ ਰੋਜ਼ ਐਕਸੀਡੈਂਟ ਹੁੰਦੇ ਨੇ, ਇਟ ਇਜ਼ ਅ ਡੈਥ ਟ੍ਰੈਪ। ਅਤੇ ਜਿਹੜੀ ਇਸ ਰੋਡ ਦੀ ਹਾਲਤ ਹੈ ਮੈਂ ਤੁਹਾਨੂੰ ਦਿਖਾਵਾਂ, ਇਸ ਰੋਡ ਦੀ ਹਾਲਤ ਦੇਖੋ ਤੁਸੀਂ, ਜਿਹੜੇ ਬੱਚੇ ਜਾਂ ਭੈਣਾਂ ਸਕੂਟਰਾਂ ਦਾ ਜਾਂ ਮੋਟਰਸਾਈਕਲਾਂ ਦੇ ਪਿੱਛੇ ਬੈਠਦੀਆਂ ਨੇ ਸਾਰੀ ਡਿੱਗਦੀਆਂ ਨੇ, ਬਾਰਿਸ਼ਾਂ 'ਚ ਇੰਨਾ ਇੱਥੇ ਪਾਣੀ ਖੜ੍ਹਾ ਹੁੰਦਾ ਹੈ ਕਿ ਰੋਡ ਦਿਸਦੀ ਨਹੀਂ ਹੈ, ਅਤੇ 10 ਸਾਲ ਹੋ ਗਏ ਹੈ ਇਹਦੀ ਮੁਰੰਮਤ ਨਹੀਂ ਹੋਈ ਹੈ। ਤੁਸੀਂ ਇਹਨੂੰ ਦੇਖੋ, ਜੇ ਸਟੇਟ ਫੰਡਾਂ ਨਾਲ ਇਹਦੀ ਪਹਿਲਾਂ ਮੁਰੰਮਤ ਹੋਈ ਹੈ ਤਾਂ ਹੁਣ ਕਿਉਂ ਨਹੀਂ ਹੋ ਸਕਦੀ? ਮਤਲਬ 10 ਸਾਲ ਤੁਸੀਂ ਇਹਨੂੰ ਦੇਖੋਗੇ ਹੀ ਨਹੀਂ। ਅਤੇ ਆ ਅਜੈਬ ਵਾਲੀ ਦਾ ਪੁਲ ਹੈ, 2 ਕਿਲੋਮੀਟਰ ਦਾ ਪੁਲ, ਲੋਕਾਂ ਨੂੰ 10-12 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ, ਬੱਸਾਂ ਦਾ, ਸਕੂਲ ਬੱਸਾਂ ਦਾ, ਟਰੱਕਾਂ ਦਾ ਹੈਵੀ ਟ੍ਰੈਫਿਕ ਹੈ। ਜੇ ਇਸ 1 ਸਾਲ ਹੋ ਗਿਆ ਪੁਲ ਬੰਦ ਪਿਆ, ਕੋਈ ਕਿਸੇ ਨੇ ਰਿਪੇਅਰ ਨਹੀਂ ਕਰਾਈ ਹੈ। ਮੇਰੀ ਆਪ ਜੀ ਦੇ ਰਾਹੀਂ ਬੇਨਤੀ ਹੈ ਹੱਥ ਜੋੜ ਕੇ ਮੰਤਰੀ ਸਾਹਿਬ ਨੂੰ ਕਿ ਪਲੀਜ਼ ਇਸ ਦੇ ਵੱਲ ਧਿਆਨ ਦਿੱਤਾ ਜਾਵੇ।
ਤੁਸੀਂ ਮੈਨੂੰ ਅਸ਼ੋਰੈਂਸ ਦਿਓ ਕਿ ਸਟੇਟ ਫੰਡਾਂ ਰਾਹੀਂ ਇਸ ਦੀ ਰਿਪੇਅਰ ਹੋਊਗੀ ਤੇ ਟਾਈਮ ਬਾਉਂਡ ਤੁਸੀਂ ਇਹਨੂੰ ਕਰੋ ਤੇ ਇਹਦੀ ਰਿਪੇਅਰ ਕਰਾਓ ਪਲੀਜ਼। ਕੀ ਤੁਸੀਂ ਇਹ ਸੜਕ ਨੂੰ ਜਲਦੀ ਰਿਪੇਅਰ ਕਰਾਓਗੇ? ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਔਰ ਇਸ ਦੀ ਰਿਪੇਅਰ 2018 ਦੇ ਵਿੱਚ ਡਿਊ ਸੀ, ਜੋ ਕਿ ਨਾ 18, 19, 20, 21 ਕਿਸੇ ਦਿਨ ਕਿਸੇ ਸਾਲ ਦੇ ਵਿੱਚ ਵੀ ਇਹਦੀ ਰਿਪੇਅਰ ਨਹੀਂ ਕਰਵਾਈ ਗਈ, ਪਰ ਫਿਰ ਵੀ ਅਸੀਂ ਸਟੇਟ ਫੰਡ ਦੇ ਵਿੱਚੋਂ ਫੰਡਸ ਅਲੋਟ ਕਰਕੇ ਇਸ ਦੀ ਰਿਪੇਅਰ 6 ਕਿਲੋਮੀਟਰ ਤੋਂ ਲੈ ਕੇ 17 ਕਿਲੋਮੀਟਰ ਤੱਕ ਸ਼ੁਰੂ ਕਰਵਾ ਦਿੱਤੀ ਹੈ। ਬਾਕੀ ਜੋ ਸੜਕ ਜਿਹੜੀਆਂ ਪਿਕਚਰਸ ਮਾਨਯੋਗ ਮੈਂਬਰ ਸਾਹਿਬ ਨੇ ਦਿਖਾਈਆਂ ਨੇ ਉਹਦੇ ਵਿੱਚ 17 ਤੋਂ ਲੈ ਕੇ ਇਹ ਸੜਕ ਸਰ ਪੂਰੀ ਜਿਹੜੀ ਆ 31.28 ਕਿਲੋਮੀਟਰ ਆ ਔਰ 17 ਤੋਂ ਲੈ ਕੇ 31 ਤੱਕ ਦੀ ਜਿਹੜੀ ਅਸੀਂ ਤਖਮੀਨਾ ਜਿਹੜਾ ਆ ਉਹ ਤਿਆਰ ਹੋ ਚੁੱਕਾ ਹੈ। ਮੈਂ ਪਹਿਲਾਂ ਵੀ ਦੱਸਿਆ ਕਿ ਉਹ ਅਸੀਂ ਭੇਜ ਚੁੱਕੇ ਹਾਂ ਔਰ ਸਾਨੂੰ ਪੂਰਨ ਉਮੀਦ ਆ ਕਿ ਇਹ 31-23 ਤੱਕ ਇਹਦੀ ਪ੍ਰਵਾਨਗੀ ਐਸੇ ਹੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਮਿਲ ਜਾਏਗੀ। ਜੇ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਇਹਦੀ 31-23 ਤੱਕ ਕਿਸੇ ਕਾਰਨ ਕਰਕੇ ਕੋਈ ਸਾਨੂੰ CRIF ਦੇ ਵਿੱਚ ਜਿਹੜੀ ਇਹਦੀ ਪਰਮਿਸ਼ਨ ਆ ਜਾਂ ਉਹ ਮਨਜ਼ੂਰੀ ਜਿਹੜੀ ਆ ਉਹ ਨਹੀਂ ਮਿਲਦੀ ਤਾਂ ਅਸੀਂ ਸਟੇਟ ਗੌਰਮੈਂਟ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਇਸ ਦੀ ਸਟੇਟ ਫੰਡ ਦੇ ਵਿੱਚ ਰਿਪੇਅਰ ਕਰਵਾ ਦਿੱਤੀ ਜਾਵੇ। ਥੈਂਕ ਯੂ ਗਰੀਬ ਜੀ। ਦੋ ਹੁੰਦੀਆਂ ਜਿਹੜੀਆਂ ਚਲੋ ਗਨੀਬ ਜੀ, ਗਨੀਬ ਜੀ ਜੀ ਪ੍ਰਪੋਜ਼ਲ ਇਹਨਾਂ ਨੇ 22-23 ਦੀ ਦਿੱਤੀ ਸੀ, 22-23 ਤਾਂ ਨਿਕਲ ਗਿਆ, ਮਤਲਬ ਉਹਦੀ ਪ੍ਰਪੋਜ਼ਲ ਤਾਂ ਕੈਂਸਲ ਹੋ ਗਈ ਹੁਣ ਤੇ। ਜਦ ਪਹਿਲਾਂ ਸਟੇਟ ਫੰਡਾਂ ਨਾਲ ਇਹਨਾਂ ਨੇ ਕੀਤੀ ਸੀ ਰਿਪੇਅਰ, ਹੁਣ ਕਿਉਂ ਨਹੀਂ ਕਰਾ ਸਕਦੇ? ਵਾਈ ਆਰ ਦੇ ਟ੍ਰੀਟਿੰਗ ਅਸ ਲਾਈਕ ਸਟੈਪ ਚਿਲਡਰਨ? ਨਹੀਂ, ਵਾਈ ਕੈਨ ਦੇ ਨਾਟ ਡੂ ਇਟ ਫਰੋਮ ਦ ਸਟੇਟ ਫੰਡਸ? ਤੁਸੀਂ ਮਾਨਯੋਗ ਸਪੀਕਰ ਸਾਹਿਬ, ਮਤਰੇਈ ਮਾਂ ਵਾਲਾ ਸਲੂਕ ਤਾਂ ਨਹੀਂ ਕਰਦੇ? ਮਾਨਯੋਗ ਸਪੀਕਰ ਸਾਹਿਬ, ਮੈਂਬਰ ਸਾਹਿਬ ਨੇ ਦੱਸਿਆ ਕਿ 22-23 ਨਿਕਲ ਚੁੱਕੀ ਆ। ਦੇਖੋ 22-23 ਦੇ ਵਿੱਚ ਅਸੀਂ ਪ੍ਰਪੋਜ਼ਲ ਭੇਜੀ ਹੈ, 22-23 ਦੇ ਵਿੱਚ ਦਸੰਬਰ 22 ਦੇ ਵਿੱਚ ਪ੍ਰਪੋਜ਼ਲ ਭੇਜੀ ਆ। ਇਹ ਸੈਂਟਰਲ ਗੌਰਮੈਂਟ ਨੂੰ ਇਹਦੇ 'ਤੇ 31 ਤੱਕ ਕੋਈ ਨਾ ਕੋਈ ਐਕਸ਼ਨ ਜਿਹੜਾ ਆ ਉਹ ਕਰਨਾ ਪੈਣਾ। 31-23 ਤੱਕ ਸਾਨੂੰ ਆਸ ਆ ਕਿ ਮਿਲ ਜਾਏਗੀ ਮਨਜ਼ੂਰੀ। ਮੈਂ ਪਹਿਲਾਂ ਵੀ ਕਹਿ ਚੁੱਕਾ ਜੇ ਮਨਜ਼ੂਰੀ ਨਹੀਂ ਮਿਲੇਗੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਟੇਟ ਫੰਡਸ ਦੇ ਵਿੱਚ ਇਹਨੂੰ ਰਿਪੇਅਰ ਕਰਵਾਈਏ। ਇਹ ਤਾਂ ਕਹਿੰਦੇ ਕਰਵਾ ਦੇਣਾ ਜੀ, ਹੁਣ ਤੁਸੀਂ ਕੀ ਕਹਾਉਣਾ ਚਾਹੁੰਦੇ ਮੰਤਰੀ ਜੀ? ਆਪਣੇ ਗਰੀਬ ਜੀ, ਸਾਡੀ ਉੱਥੇ ਬਹੁਤ ਡੈਥਸ ਹੋ ਰਹੀਆਂ ਨੇ, ਬਹੁਤ ਐਕਸੀਡੈਂਟਸ ਹੋ ਰਹੇ ਨੇ, ਉਹਨਾਂ ਦੀ ਸਾਡੇ ਮਜੀਠੇ ਦੇ ਲੋਕਾਂ ਦੀ ਜਾਨ ਇਹਨਾਂ ਦੇ ਹੱਥ 'ਚ ਹੈ। ਇਫ ਹੀ ਹੈਜ਼ ਐਨੀ ਸਿੰਪਥੀ ਫੋਰ ਅਸ ਦੈਨ ਆਈ ਰਿਕੁਐਸਟ ਹਿਮ ਟੂ ਪਲੀਜ਼ ਗੈਟ ਦ ਰੋਡ। ਉਹਨਾਂ ਦਾ ਜਵਾਬ ਆ ਗਿਆ ਜੀ, ਔਰ ਇਹ ਤਾਂ ਇੰਨੇ ਦਿਆਲ ਹੋਏ ਆ, ਮੈਨੂੰ ਲੱਗਦਾ ਮੈਂ ਵੀ ਕੁਝ ਮੰਗ ਲਾ ਇਹਨਾਂ ਤੋਂ ਮੰਤਰੀ ਜੀ ਤੋਂ। ਹੁਣ ਮੇਰੇ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ ਨਾ ਬਾਈਪਾਸ ਤੋਂ, ਉਹ ਵੀ ਕਰ ਦਿਓ ਰਿਪੇਅਰ। ਸਰ ਜੰਡਿਆਲਾ ਹਲਕੇ ਦੇ ਲੋਕਾਂ ਨੇ ਬਹੁਤ ਦਿਆਲ ਹੋ ਕੇ ਵੋਟਾਂ ਪਾਈਆਂ ਨੇ, ਬੜੇ ਖੁੱਲ ਦਿਲੀ ਦੇ ਨਾਲ ਵੋਟਾਂ ਪਾਈਆਂ ਨੇ, ਤੇ ਸਾਡਾ ਵੀ ਫਰਜ਼ ਬਣਦਾ ਸਰ ਉਸੇ ਹਿਸਾਬ ਨਾਲ ਹੀ ਕੰਮ ਕਰੀਏ। ਥੈਂਕ ਯੂ ਬਾਜਵਾ ਸਾਹਿਬ। ਕੁਝ ਬਾਜਵਾ ਜੀ ਜੀ, ਸਰ ਜਿਹੜਾ ਮੈਡਮ ਨੇ ਸਾਡੀ ਭੈਣ ਨੇ ਸਵਾਲ ਕੀਤਾ ਬਹੁਤ ਮਹੱਤਵਪੂਰਨ ਨੇ, ਕਿਉਂਕਿ ਪਿਛਲੇ ਦਿਨੀ ਮੈਨੂੰ ਵੀ ਮੌਕਾ ਮਿਲਿਆ ਸੀ ਜਾਣ ਦਾ। ਰਤਰ ਛਤਰ ਪਿੰਡ ਹੈ ਬਿਲਕੁਲ ਕਰਤਾਰਪੁਰ ਸਾਹਿਬ ਦੇ ਕੋਲ ਹੀ, ਤੇ ਇਹ ਜ਼ਰੂਰੀ ਹੈ, ਧਾਲੀਵਾਲ ਸਾਹਿਬ ਦਾ ਵੀ ਏਰੀਆ। ਅਸੀਂ ਇਹ ਬੇਨਤੀ ਕਰਾਂਗੇ ਇਹ ਅੰਮ੍ਰਿਤਸਰ ਸਾਹਿਬ ਨੂੰ ਤੇ ਕਰਤਾਰਪੁਰ ਸਾਹਿਬ ਨੂੰ ਜੋੜ ਸੜਕ, ਠੀਕ ਹੈ? ਤੈਨੂੰ ਕਾਇੰਡਲੀ ਇਸ ਨੂੰ ਕਰਵਾ। ਉਹਨਾਂ ਨੇ ਬੈਠੋ ਬਾਜਵਾ ਜੀ, ਮੰਤਰੀ ਜੀ, ਸਰ ਮੰਤਰੀ ਜੀ, ਮਾਨਯੋਗ ਮੈਂਬਰ ਸਾਹਿਬ ਨੇ ਦੱਸਿਆ ਕਿ 2013 ਦੇ ਵਿੱਚ ਰਿਪੇਅਰ ਹੋਈ ਸੀਗੀ ਸਰ, 2018 ਦੇ ਵਿੱਚ ਡਿਊ ਸੀਗੀ। 2018 ਦੇ ਵਿੱਚ ਕਿਹਦੀ ਜ਼ਿੰਮੇਵਾਰੀ ਬਣਦੀ ਸੀਗੀ ਉਹ ਸੜਕ ਬਣਾਉਣ ਦੀ? ਕੌਣ ਸੀਗਾ ਉਸ ਵੇਲੇ? ਸਰ 18 ਦੇ ਵਿੱਚ ਇਹਨਾਂ ਬਣਾਉਣੀ ਸੀਗੀ, 18 'ਚ ਨਹੀਂ ਬਣਾਈ, 19 'ਚ ਨਹੀਂ ਬਣਾਈ, 20 'ਚ ਨਹੀਂ ਬਣਾਈ, 21 'ਚ ਨਹੀਂ ਬਣਾਈ। ਸਰ ਅਸੀਂ ਆਉਂਦਿਆਂ ਹੀ 23-22 ਦੇ ਵਿੱਚ ਅਸੀਂ ਪ੍ਰਪੋਜ਼ਲ ਵੀ ਭੇਜ ਦਿੱਤੀ ਸਰ, ਅਸੀਂ ਮੈਂਬਰ ਸਾਹਿਬ ਨੂੰ ਭਰੋਸਾ ਵੀ ਦੇ ਦਿੱਤਾ ਕਿ ਜੇਕਰ ਸਾਨੂੰ ਸੈਂਟਰ ਤੋਂ ਫੰਡ ਰਿਸੀਵ ਨਹੀਂ ਵੀ ਹੁੰਦੇ ਅਸੀਂ ਫਿਰ ਵੀ ਸਟੇਟ ਫੰਡ ਦੇ ਵਿੱਚੋਂ ਕਰਵਾ ਦੇਵਾਂਗੇ। ਹੁਣ ਸਰ ਕਾਹਦਾ ਰੌਲਾ? ਥੈਂਕ ਯੂ, ਕੋਈ ਰੌਲਾ ਨਹੀਂ, ਤਾਂਹੀਓ ਤਾਂ ਮੈਂ ਮੰਗ ਲਿਆ ਤੁਹਾਡੇ ਤੋਂ, ਮੈਂ ਕਿਹਾ ਦਿਆਲ ਹੋਏ ਆ, ਹੁਣ ਮੇਰੇ ਪਿੰਡ ਵਾਲੇ ਵੀ ਬਣਾ ਦੇਣਗੇ ਬਾਈਪਾਸ ਤੋਂ ਜਿਹੜੀ ਜਾਂਦੀ ਹੈ। ਥੈਂਕ ਯੂ ਬਾਜਵਾ ਸਾਹਿਬ, ਅੱਗੇ ਚੱਲੀਏ, ਅੱਗੇ ਚੱਲੀਏ ਜੀ। ਹੁਣ ਤਾਂ ਉਹਨਾਂ ਨੇ ਕਹਿਤਾ ਬਣਾ ਦੇ, ਠੀਕ ਠੀਕ ਬੈਠੋ।